ਸਰਦੀਆਂ ਵਿੱਚ ਅਸੀਂ ਗੂੜੇ ਰੰਗਾਂ ਦੇ ਕੱਪੜੇ ਇਸ ਲਈ ਪਾਉਂਦੇ ਹਾਂ ਤਾਂ ਕਿ ਉਹ ਜ਼ਿਆਦਾ ਗਰਮਾਹਟ ਖਿੱਚਦੇ ਹਨ। ਇਸ ਲਈ ਤੁਹਾਨੂੰ 2 ਐਲੂਮੀਨੀਅਮ ਦੇ ਡੱਬੇ, ਇੱਕ ਕਾਲਾ ਅਤੇ ਦੂਜਾ ਕੋਈ ਚਮਕਦਾਰ ਰੰਗ ਹੋਵੇ, ਦੋਵੇਂ ਡੱਬਿਆਂ ਨੂੰ ਉੱਤੇ ਤੱਕ ਭਰ ਲਵੋ। ਇੱਕ ਥਰਮੋਮੀਟਰ ਨਾਲ ਦੋਵੇਂ ਹੀ ਡੱਬਿਆਂ ਦਾ ਤਾਪਮਾਨ ਮਾਪ ਲਵੋ। ਹੁਣ ਦੋਵੇਂ ਹੀ ਡੱਬਿਆਂ ਨੂੰ ਬਾਹਰ ਧੁੱਪ ਵਿੱਚ 3 ਘੰਟੇ ਲਈ ਰੱਖ ਦਿਓ। ਬਾਅਦ ਵਿੱਚ ਦੋਵੇਂ ਹੀ ਡੱਬਿਆਂ ਵਿੱਚ ਪਾਣੀ ਦਾ ਤਾਪਮਾਨ ਦਾ ਮਾਪ ਲਵੋ। ਤੁਸੀਂ ਇਹ ਵੇਖ ਕੇ ਹੈਰਾਨ ਹੋਵੋਗੇ ਕਿ ਦੋਵੇਂ ਹੀ ਡੱਬਿਆਂ ਵਿੱਚ ਪਾਣੀ ਦੇ ਤਾਪਮਾਨ ਵਿੱਚ 6.5 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਦਾ ਫਰਕ ਹੋਵੇਗਾ। ਇਸ ਦਾ ਪਤਾ ਲੱਗਦਾ ਹੈ ਕਿ ਕਾਲਾ ਰੰਗ ਜ਼ਿਆਦਾ ਗਰਮਾਹਟ ਖਿੱਚਦਾ ਹੈ।